ਕਹਿੰਦੇ ਨੇ ਕਿ ਹਰ ਇੱਕ ਸਕਸੈਸਫੁਲ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਔਰ ਅਸੀਂ ਕਈ ਵਾਰ ਦੇਖਿਆ ਕਿ ਇਹ ਔਰਤ ਸਾਡੀ ਮਾਂ ਵੀ ਹੁੰਦੀ ਹੈ। ਅਸੀਂ ਤਾਂ ਅੰਦਾਜ਼ ਦੀਏ ਕਿ ਗੈਰੀ ਸੰਧੂ ਦੀਆਂ ਅਕਸਰ ਵੀਡੀਓਸ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਦਿਖਦੀ ਹੈ ਅਤੇ ਉਹਨਾਂ ਦਾ ਸਟਰੋਂਗ ਬੌਂਡ ਸਾਨੂੰ ਦੇਖਣ ਨੂੰ ਮਿਲਦਾ ਹੈ। ਅਤੇ ਹੁਣ ਗੈਰੀ ਸੰਧੂ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਨੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਮਦਰ ਉਹਨਾਂ ਨੂੰ ਕਹਿ ਰਹੇ ਨੇ ਆਈ ਲਵ ਯੂ। ਫਿਲਹਾਲ ਹੈਵ ਅ ਲੁੱਕ ਔਨ ਦੈਟ ਕਲਿੱਪ। ਬੋਲੋ ਮਾਂ ਆਈ ਲਵ ਯੂ। ਆਈ ਲਵ ਯੂ। ਨਾ ਨਾ ਐਸੇ ਬੋਲੋ ਆਈ ਲਵ ਯੂ। ਆਈ ਲਵ ਯੂ। ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਕਲਿੱਪ ਦੇ ਕੈਪਸ਼ਨ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਨੇ ਇਹ ਵੀ ਦੱਸਿਆ ਕਿ ਜਦ ਉਹ 3 ਸਾਲ ਦੇ ਸੀਗੇ ਤੇ ਉਹਨਾਂ ਦੇ ਫਾਦਰ ਐਕਸਪਾਇਰਡ ਹੋ ਗਏ ਸੀਗੇ ਅਤੇ ਉਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਦੀ ਮਦਰ ਨੇ ਆਪਣੀ ਜਵੈਲਰੀ ਸੇਲ ਕਰਕੇ ਆਪਣੇ ਬੱਚੇ ਨੂੰ ਪੜ੍ਹਾਇਆ ਅਤੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਸਭ ਨੂੰ ਕਹਿੰਦੇ ਨੇ ਕਿ ਆਪਣੇ ਪੇਰੈਂਟਸ ਨੂੰ ਕਦੇ ਵੀ ਨਾ ਛੱਡੋ ਆਪਣੇ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਦੇ ਕਰਕੇ।